ਇਹ ਜੀ ਸਾਡੇ ਡਿਸਟ੍ਰਿਕਟ 'ਚ ਅੱਜ ਅਸੀਂ ਸਾਰੇ ਅਫਸਰ ਸਾਰੀ ਫੋਰਸ ਲੈ ਕੇ ਮੈਂ ਖੁਦ ਵੀ ਅਸੀਂ ਕਾਸੋ ਜਿਹੜਾ ਹੈਗਾ ਓਪਰੇਸ਼ਨ ਉਹ ਚੱਲ ਰਿਹਾ। ਇਸ ਜਿਹੜਾ ਓਪਰੇਸ਼ਨ ਇਹਦਾ ਮੂਲ ਇਹ ਕੰਮ ਹੈਗਾ ਵੀ ਜਿਹੜੇ ਹੌਟਸਪੋਟ ਨੇ ਨਸ਼ੇ ਵਾਲੇ ਜਿੱਥੇ ਲੱਗਦਾ ਸਾਨੂੰ ਵੀ ਜ਼ਿਆਦਾ ਨਸ਼ਾ ਵਿਕਦਾ ਜਾਂ ਜ਼ਿਆਦਾ ਲੋਕਾਂ ਦੀ ਅਡਿਕਸ਼ਨ ਹੈਗੀ ਆ, ਉਹਨਾਂ ਨੂੰ ਅਸੀਂ ਸੁਬਾਹ 4 ਵਜੇ ਤੋਂ ਪਾਰਟੀਆਂ ਬਣਾ ਕੇ ਸਾਰਾ ਰੇਡ ਕੀਤਾ ਔਰ ਉਹਦੇ 'ਚ ਕਾਫੀ ਸਾਨੂੰ ਸਕਸੈਸਫੁਲ ਵੀ ਰਿਹਾ। ਇਹਦੇ 'ਚ ਅਸੀਂ ਕਾਫੀ ਵਹੀਕਲ ਆ ਜਿਹੜੇ ਅਸੀਂ ਆਪਣੇ ਕਬਜ਼ੇ 'ਚ ਲਏ ਜਿਹੜੇ ਬਿਨਾਂ ਨੰਬਰਾਂ ਤੋਂ ਸੀ, ਜਿਨ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਸੀ, ਕੋਈ ਕਾਗਜ਼ ਪੱਤਰ ਨਹੀਂ ਸੀਗਾ, ਉਹ ਅਸੀਂ ਸਾਰੇ ਜਿਹੜੇ ਆ ਉਹ ਆਪਦੇ ਕਬਜ਼ੇ 'ਚ ਲਏ ਵਹੀਕਲ ਔਰ ਕਾਫੀ ਜਿਹੜੇ ਹੈਗੇ ਆ ਮਤਲਬ ਕਾਫੀ ਨੰਬਰਸ ਦੇ ਵਿੱਚ ਅਸੀਂ ਜਿਹੜੇ ਸ਼ੱਕੀ ਬੰਦੇ ਉਹਨਾਂ ਨੂੰ ਰਾਊਂਡ ਅਪ ਕੀਤਾ ਔਰ ਜਿਹੜੇ ਇਸ ਧੰਦੇ ਦੇ ਵਿੱਚ ਸੀਗੇ ਨਸ਼ਾ ਵੇਚਦੇ ਸੀਗੇ ਜਾਂ ਲੋਕਾਂ ਦੇ ਬੱਚਿਆਂ ਨੂੰ ਗਲਤ ਆਦਤਾਂ 'ਚ ਪਾ ਕੇ ਔਰ ਨਸ਼ੇ ਦੀ ਦਲਦਲ 'ਚ ਧੱਕਦੇ ਸੀ, ਉਹ ਸਵੇਰੇ ਸਖਤੇ 4 ਵਜੇ ਤੋਂ ਜਿਹੜੀਆਂ ਰੀਡਿੰਗ ਪਾਰਟੀਆਂ ਸੀ ਸਾਰਿਆਂ ਨੇ ਇੱਕੋ ਟਾਈਮ 'ਤੇ ਸਾਰੇ ਡਿਸਟ੍ਰਿਕਟ 'ਚ ਹੀ ਓਪਰੇਸ਼ਨ ਕੀਤਾ ਔਰ ਕਾਫੀ ਬੰਦੇ ਰਾਊਂਡ ਅਪ ਕੀਤੇ ਗਏ ਆ। ਕਾਫੀ ਕੇਸ ਰਜਿਸਟਰ ਕੋਈ 50 ਤੋਂ ਉੱਪਰ ਅਸੀਂ ਅੱਜ ਮੁਕੱਦਮੇ ਜਿਹੜੇ ਆ NDPS ਤਹਿਤ ਜਿਹੜੇ ਹੈਗੇ ਸਾਰੇ ਡਿਸਟ੍ਰਿਕਟ 'ਚ ਦਰਜ ਕਰਨ ਜਾ ਰਹੇ ਹਾਂ ਔਰ ਕਾਫੀ ਸਕਸੈਸਫੁਲ ਓਪਰੇਸ਼ਨ ਰਿਹਾ ਇਹ ਔਰ ਇਹੋ ਜਿਹੇ ਓਪਰੇਸ਼ਨ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਕੰਟੀਨਿਊ ਕਰਾਂਗੇ ਜਿਹੜੇ ਕਿ ਸਰਪ੍ਰਾਈਜ਼ਿੰਗਲੀ ਅਸੀਂ ਜਿਹੜੇ ਕੋਈ ਆਪਦੇ ਹੌਟਸਪੋਟ ਨੇ ਜਾਂ ਜਿਹੜੇ ਮਾੜੇ ਇਲਾਕੇ ਆ ਜਿਹੜੇ ਨਸ਼ੇ ਤੋਂ ਜ਼ਿਆਦਾ ਪ੍ਰਭਾਵਿਤ ਆ ਜਾਂ ਜਿੱਥੇ ਨਸ਼ਾ ਤਸਕਰ ਜਿਹੜੇ ਉਹ ਜ਼ਿਆਦਾ ਰਹਿੰਦੇ ਆ ਉੱਥੇ ਅਸੀਂ ਇਹੋ ਜਿਹਾ ਧਾਵਾ ਬੋਲਦੇ ਰਹਾਂਗੇ ਔਰ ਜਿੰਨੇ ਵੀ ਇਹੋ ਜਿਹੇ ਬੰਦੇ ਆ ਉਹਨਾਂ ਨੂੰ ਸਲਾਖਾਂ ਪਿੱਛੇ ਧੱਕਣ ਲਈ ਅਸੀਂ ਹਰ ਵੇਲੇ ਮਤਲਬ ਇਸ ਪੂਰੀ ਜ਼ੋਰ ਦੇ ਨਾਲ ਇਹ ਮੁਹਿੰਮ ਨੂੰ ਚਲਾਉਂਦੇ ਰਹਾਂਗੇ। ਜਿਹੜੇ ਬੱਚੇ ਜਿਹੜੇ ਗਰੋਨ ਅਪ ਵੀ ਹੈਗੇ ਆ ਜਾਂ ਜਿਹੜੇ ਬੱਚੇ ਜਵਾਨੀ 'ਚ ਨਵਾਂ ਨਵਾਂ ਪੈਰ ਰੱਖ ਰਹੇ ਆ, ਨਵੇਂ ਨਵੇਂ ਕਾਲਜਾਂ 'ਚ ਜਾਣਾ ਸ਼ੁਰੂ ਕਰਦੇ ਆ, ਖੈਰ ਸਕੂਲਾਂ 'ਚ ਵੀ ਧਿਆਨ ਰੱਖਣਾ ਚਾਹੀਦਾ ਪਰ ਜਦੋਂ ਜਦੋਂ ਸਕੂਲ ਪਲੱਸ 2 ਤੋਂ ਬਾਅਦ ਜਦੋਂ ਕਾਲਜ 'ਚ ਐਂਟਰੀ ਹੁੰਦੀ ਬੱਚਿਆਂ ਦੀ ਤਾਂ ਉਹਨਾਂ ਦਾ ਇੱਕ ਨਵਾਂ ਦਾਇਰਾ ਬਣਦਾ, ਉਹਨਾਂ ਨੂੰ ਨਵੇਂ ਫਰੈਂਡਸ ਮਿਲਦੇ ਆ, ਨਵੇਂ ਉਹਨਾਂ ਦੇ ਦੋਸਤ ਬਣਦੇ ਆ ਔਰ ਉਹਨਾਂ 'ਚ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਜਿਹੜਾ ਕਿ ਮਾੜੀ ਸੰਗਤ 'ਚ ਰਿਹਾ ਹੁੰਦਾ ਜਾਂ ਮਾੜੀ ਸੰਗਤ 'ਚ ਪਿਆ ਹੁੰਦਾ, ਸੋ ਉਹ ਬਾਕੀ ਦੇ ਜਿਹੜੇ ਚੰਗੇ ਬੱਚੇ ਆ ਉਹਨਾਂ ਨੂੰ ਵੀ ਉਹ ਮਗਰ ਲਾ ਲੈਂਦਾ। ਸੋ ਬੱਚਿਆਂ ਦੇ ਵਿੱਚ ਮਾਂ ਬਾਪ ਨੂੰ ਲੋਕਾਂ ਨੂੰ ਇਹ ਅਪੀਲ ਆ ਕਿ ਉਹ ਆਪਣੇ ਬੱਚਿਆਂ ਦੀ ਬੜੀ ਨੇੜ ਤੋਂ ਨਿਗਰਾਨੀ ਰੱਖਣ। ਅੱਜ ਕੱਲ੍ਹ ਆਪਾਂ ਵੇਖਦੇ ਹਾਂ ਮੋਬਾਈਲ ਦਾ ਯੁੱਗ ਆ ਗਿਆ, ਜੇ 5 ਫੈਮਿਲੀ ਮੈਂਬਰ ਆ ਤਾਂ ਸਾਰੇ ਮੋਬਾਈਲਾਂ 'ਚ ਬੜੇ ਬੈਠੇ ਰਹਿੰਦੇ ਆ, ਕਿਸੇ ਦਾ ਆਪਦੇ ਮੋਬਾਈਲ ਦੀ ਸਕਰੀਨ ਤੋਂ ਇੱਕ ਦੂਜੇ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਹੈਗਾ। ਸੋ ਮੋਬਾਈਲਾਂ 'ਤੇ ਸੋਸ਼ਲ ਮੀਡੀਏ 'ਤੇ ਇਹੋ ਜਿਹੀਆਂ ਚੀਜ਼ਾਂ 'ਚ ਆਪਾਂ ਜੋ ਵੀ ਆ ਇਹ ਠੀਕ ਆ, ਇਲੈਕਟ੍ਰੋਨਿਕ ਦਾ ਯੁੱਗ ਹੈਗਾ ਬਟ ਇੰਨਾ ਵੀ ਨਹੀਂ ਹੈਗਾ ਵੀ ਆਪਾਂ ਆਪਣੇ ਪਰਿਵਾਰ 'ਚ ਹੀ ਇੰਟਰੈਕਸ਼ਨ ਕਰਨਾ ਛੱਡ ਦਈਏ। ਸੋ ਜਦੋਂ ਆਪਾਂ ਆਪਣੇ ਬੱਚਿਆਂ ਨਾਲ ਘੱਟ ਬੋਲਣਾ ਸ਼ੁਰੂ ਕਰਦੇ ਹਾਂ, ਬੱਚੇ ਦੇ ਆਉਣ ਜਾਣ ਦਾ ਟਾਈਮ ਨਹੀਂ ਨੋਟ ਰੱਖਦੇ, ਉਹ ਕਿਹਦੇ ਨਾਲ ਬਹਿੰਦਾ ਖਲੋਂਦਾ ਇਹ ਧਿਆਨ ਨਹੀਂ ਰੱਖਦੇ, ਬਸ ਆਪੋ ਆਪਣੀ ਜਿਹੜੀ ਹੈਗੀ ਆ ਆਪਦੇ ਰਜੇਵਿਆਂ 'ਚ ਹੀ ਤੁਰੇ ਰਹਿੰਦੇ ਹਾਂ, ਤਾਂ ਉਸ ਵੇਲੇ ਉਹਨਾਂ ਪਰਿਵਾਰਾਂ 'ਚ ਦੇ ਜਿਹੜੇ ਬੱਚੇ ਹੈਗੇ ਆ ਜਿਹੜੇ ਸੋਸ਼ਲੀ ਜਾਂ ਫੈਮਿਲੀ ਤੌਰ 'ਤੇ ਪਰਿਵਾਰਕ ਤੌਰ 'ਤੇ ਬੱਚਿਆਂ ਨਾਲ ਕਨੈਕਸ਼ਨ ਜਾਂ ਕਨੈਕਟ ਨਹੀਂ ਰਹਿੰਦੇ, ਉਹ ਬੱਚੇ ਮਾੜੀ ਸੰਗਤ 'ਚ ਪੈਣ ਦਾ ਉਹਨਾਂ ਦਾ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ। ਸੋ ਮੈਂ ਤਾਂ ਲੋਕਾਂ ਨੂੰ ਇਹੋ ਹੀ ਅਪੀਲ ਕਰਦਾ ਮੁਕਤਸਰ ਸਾਹਿਬ ਦੀ ਜਿੰਨੀ ਵੀ ਜਨਤਾ ਕਿ ਬੱਚਿਆਂ ਨੂੰ ਸਪੈਸ਼ਲੀ ਨਵੀਂ ਜਿਹੜੀ ਆਪਣੀ ਜਨਰੇਸ਼ਨ ਆ ਉਹ ਜਦੋਂ ਘਰ ਆਉਂਦੀ ਆ 2 ਘੰਟੇ 1 ਘੰਟਾ ਜ਼ਰੂਰ ਮਾਂ ਬਾਪ ਆਪਣੇ ਬੱਚਿਆਂ ਨਾਲ ਗੱਲ ਕਰਨ, ਉਹਨੂੰ ਦੁੱਖ ਤਕਲੀਫ ਪੁੱਛਣ, ਉਹਦੇ ਹਾਲਾਤ ਜਾਣਨ, ਉਹ ਵੇਖੇ ਵੀ ਉਹ ਜਿਹੜੇ ਉਹਦੀਆਂ ਜਿਹੜੀਆਂ ਵੀ ਉਹਦੀਆਂ ਕੈਲਕੂਲ ਜਿਹੜੀਆਂ ਵੀ ਉਹਦੀਆਂ ਐਕਟੀਵਿਟੀਜ਼ ਹੈਗੀਆਂ ਵਾ ਉਹ ਕੀ ਕੰਮ ਕਰ ਰਿਹਾ ਵਾ, ਪੜ੍ਹਨ ਜਾਂਦਾ ਕਿਤੇ ਹੋਰ ਤਾਂ ਨਹੀਂ ਜਾਂਦਾ, ਉਹਦੀ ਕੀ ਐਕਟੀਵਿਟੀ ਆ, ਉਹਦੀ ਬੋਡੀ ਲੈਂਗੁਏਜ ਕੀ ਕਹਿ ਰਹੀ ਆ। ਸੋ ਮਾਂ ਬਾਪ ਜਿਹੜੇ ਆ ਸਭ ਤੋਂ ਛੇਤੀ ਅਤੇ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਜੱਜਮੈਂਟ ਉਹਨਾਂ ਦੀ ਕਰ ਸਕਦੇ ਆ ਅਤੇ ਉਹਨਾਂ ਨੂੰ ਵਰਜ ਸਕਦੇ, ਉਹਨਾਂ ਨੂੰ ਕਿਤੋਂ ਰੋਕ ਸਕਦੇ ਆ। ਜਿੱਥੇ ਕਿਤੇ ਵੀ ਕਿਤੇ ਲੱਗਦਾ ਵਾ ਵੀ ਬੱਚਾ ਕਿਤੇ ਕਿਸੇ ਨੂੰ ਮੈਡੀਕਲ ਹੈਲਪ ਦੀ ਲੋੜ ਆ ਤਾਂ ਉਹਦਾ ਮੈਡੀਕਲ ਟ੍ਰੀਟਮੈਂਟ ਉਸੇ ਵੇਲੇ ਕਰਾ ਲੈਣਾ ਚਾਹੀਦਾ। ਸੋ ਇਹ ਬਹੁਤ ਜ਼ਰੂਰੀ ਆ ਹਰ ਇੱਕ ਪਰਿਵਾਰ ਵਾਸਤੇ ਵੀ ਉਹ ਹਰ ਪਰਿਵਾਰ ਨੂੰ ਚਾਹੀਦਾ 1-2 ਘੰਟੇ ਸਾਰੇ ਪਰਿਵਾਰ ਆਪਸ 'ਚ ਬੈਠਣ, ਆਹ ਮੋਬਾਈਲਾਂ ਸ਼ਬਾਈਲਾਂ ਦੇ ਸਕਰੀਨਾਂ 'ਚੋਂ ਸੋਸ਼ਲ ਮੀਡੀਆ 'ਚੋਂ ਬਾਹਰ ਨਿਕਲ।